का दे तू पतंग का तो हिंदी नहीं को पता तो लग गया लड़ाई आ जरा बटन खोल बटन खोला ते जी माशाल्लाह मेरे एक निकी जी मारिए नूर फातिमा अस्सलाम वालेकुम रहमतुल्लाहि व बरकातुहू जी तमाम व्यूअर के मैं उम्मीद कर रहा हूं कि सारे खैर करिए इतना लोग हो गए मैम जम्मल सैन तुम देखते पे यूट्यूब चैनल मुंशी जम्मल सैन तो माशाल्लाह व्लॉग तो सुबह का स्टार्ट किया माल के पट्ठे पुट्ठे लैके आए हैं तो हूँ तुम्हें याद होना कि असं जगह बनाई थी सड़क के नाल ना कल तो गंदम का बीर लाता उत्तों हूँ लगे लूसर ला लूसर ला के आपू पै भी छाने वे पवन पानी जिन्होंने दोस्तों चैनल ने सबसक्राइब नहीं किया जल्द ना सबसक्राइब मारो हूँ मैं खिलार लवान बीर लूसन ना बीर लूसन का प्या करे साढ़े फिर तुम पता जिमीदार के काम नाल नाल चलते रह जाते लूसन तो सरों रली हुई मैं बीज इन्हें बचा के रखा सी इस थान वास्ते ऐसे गोड़ के बिच कणक का बीर ला दिता वे जबी की जगह जबी का बीर नहीं है वो छापर नाल पानी लाने सारा अभी तुम दिखाने किस तरह छापर नाल पानी लगता है जुड़े रहे वीडियो के नाल उन्हें एक दफा ना बीज मैं खिलार लव छप्पड़े की झोली बना ली बीज पा लिया हूँ खिलारने क्योंकि दूसरा बंदा कैमरे वाला तो है कोई नहीं था मैं खुद ही वीडियो बनानी होंगी है बी खिलार के ना फिर मिलते हैं क्योंकि उस तो बाद छापी भी बजनी है आ रहा पानी जी वाट सलो टबल चला के छापर चा के आके 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 आ निकल गया ये क्या नहीं लाता मिनट मार खाद पा लिया यार मिनट मार के बहुत तेरा की काम है इतने खिलार दे खिलार दे खिलार दे हिम्मत मार के खिलार दे यूरिया खाद खिलारन लगे इस पट्ठा हिम्मत मार दे हिम्मत ए रमिन फड़ा होया रहा दे तू आम फट मोबाइल वीडियो बना मैम मेरा अगे हाथ ना आवे तेरा है देख जा के तुम माहौल चेक करवाइए ऐ छापर से ला के ना बन के देते अगे भी इस इस तरीके पानी लाई दा वे तो हूँ भी असं अज ना लेकिन क्यारी नवी बनाई इन्हें बड़ी मुश्किल भरती पई है क्योंकि उच्ची दूसरिया ना ना अच्छ बदल भी उत्तों बने हुए हैं चेक करो माहौल सारा छापर का कमाल जो पानी जरा वे उत्थे पहुँचाई जा रहा एवं नहीं पहुँचता माहौल तो ही साडा चेक करो डेरेदारी का फिर बस चुके रख मिनट को पहुंच जाना बड़ी ऊंचाई बन गई और रोड़ क्या परा हो थले थले नीमा कर बस खाली खाली गया अभी पट्ठे ने उसी यूरिया खाद पा दी ये भी प्याना थैला रोड के आगे फंस गया
ਫਾਈਨਲੀ ਵਰ ਪਾਣੀ ਛਾਣੀ ਲਾਇਆ ਹੋਇਆ ਕਿਆਰੀਆਂ ਉੱਚੀਆਂ ਉੱਚੀਆਂ ਹੈ ਸਾਨੂੰ ਪਿਆਈਆਂ ਨੇ ਪੈਪ ਸ਼ੈਪ ਲਾ ਕੇ ਅਤੇ ਹੁਣ ਹੋਏ ਹਾਂ ਫਰੀ ਫਰੀ ਹੋ ਕੇ ਅਤੇ ਹੁਣ ਝੱਟ ਮੈਂ ਕਿਹਾ ਰੈਸਟ ਰੁਸਟ ਮਾਰ ਲਈ ਰੈਸਟ ਕੀ ਮਾਰਨੀ ਪੱਠੇ ਕੁੱਤਰੇ ਨੇ ਹਰੇ ਮੇਰੇ ਸਿਰ 'ਚ ਕਾਕੂ ਖੋਵੇਂ ਲਧਾੜੇ ਫਿਰਦੇ ਨੇ ਹੁਣ ਜਾਣਾ ਤੂੜੀ ਲੈਣ ਵਾਸਤੇ ਤੂੜੀ ਲਿਆ ਕੇ ਫਿਰ ਮਾਲ ਨੂੰ ਪੱਠੇ ਪਾਉਣੇ ਨੇ ਅਤੇ ਉਸ ਤੋਂ ਬਾਅਦ ਫਿਰ ਜਿਹੜੇ ਨੈਕਸਟ ਕੰਮ ਛੋਟੇ ਮੋਟੇ ਫਿਰ ਉਸ ਤੋਂ ਬਾਅਦ ਕਲੀਅਰ ਕਰਾਂਗੇ ਇਹ ਸਾਡੇ ਸਾਰੇ ਡੇਲੀ ਦੀ ਰੂਟੀਨ ਹੈ ਜੋ ਅਸੀਂ ਕੰਮ ਕਰਦੇ ਕਰਦੇ ਮੈਂ ਤੁਹਾਡੇ ਦੋਸਤਾਂ ਨੂੰ ਸ਼ੇਅਰ ਕਰਦਾ ਰਹਿੰਦਾ ਜਿਹਨਾਂ ਦੋਸਤਾਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਨ ਨਾਲ ਚਲੋ ਸਾਡੀ ਵੀ ਹੌਸਲਾ ਅਫਜ਼ਾਈ ਹੁੰਦੀ ਹੈ ਔਰ ਜਲਦ ਤੋਂ ਜਲਦ ਚੈਨਲ ਮੋਨੀਟਾਈਜ਼ ਹੋਏ ਫਿਰ ਇਨਸ਼ਾਅੱਲਾ ਅੱਛੇ ਅੱਛੇ ਵਲੌਗ ਜਿਹੜੇ ਨੇ ਬਾਹਰ ਦੇ ਜਿਹੜੇ ਇਹਨਾਂ ਵਿਜ਼ਿਟ ਦੇ ਦੂਰ ਦੂਰ ਤੱਕ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੀਏ ਲਾਈਕ ਵੀ ਕਰਿਆ ਕਰੋ ਅੱਛੇ ਅੱਛੇ ਕਮੈਂਟ ਵੀ ਕਰਿਆ ਕਰੋ ਅਤੇ ਹੁਣ ਬਸ ਜਿਹੜਾ ਨੈਕਸਟ ਤੂੜੀ ਲੈਣ ਜਾਣੀ ਤੂੜੀ ਤੋਂ ਬਾਅਦ ਜਿਹੜਾ ਆ ਕੇ ਜਿਹੜਾ ਰੂਟੀਨ ਹੋਇਆ ਉਹ ਤੁਹਾਡੇ ਦੋਸਤਾਂ ਨੂੰ ਸ਼ੇਅਰ ਕਰਾਂਗੇ ਇੱਕ ਵਾਰ ਤੁਸੀਂ ਸਾਰਿਆਂ ਨਾਲ ਪਾਣੀ ਛਾਣੀ ਲਾ ਕੇ ਨਾ ਪੈਪ ਵਗੈਰਾ ਜਿਹੜਾ ਠੱਪ ਕੇ ਇੱਥੇ ਕਿਤੇ ਲਿਆ ਕੇ ਅੱਬੂ ਨੇ ਰੱਖ ਦਿੱਤਾ ਵੇ ਰੈਸਟ ਮਾਰ ਲਈ ਜਿਹੜੀ ਮਾਰਨੀ ਸੀ ਚੁੱਕ ਲਈਏ ਪੱਲੀ ਅਤੇ ਫਿਰ ਆ ਪਹੁੰਚੇ ਹਾਂ ਜ਼ਿਮੀਂਦਾਰ ਦੇ ਜਿਹੜੇ ਕੰਮ ਨੇ ਨਾ ਮਾਲ ਜਾਣ ਵਾਲੇ ਇਹ ਬੜੇ ਮੁਸ਼ਕਲ ਜੇ ਸਾਰਾ ਦਿਨ ਬਸ ਸਾਡਾ ਇਹ ਰੂਟੀਨ ਹੈ ਚੈੱਕ ਕਰਦੇ ਪਏ ਜਿਸ ਅੱਜ ਸਿਰਫ ਘਰ ਰਹਿਣ ਦਾ ਮਕਸਦ ਹੈ ਯਾਨੀ ਕਿ ਅੱਜ ਬਲੌਗ ਘਰ ਦਾ ਬਣਦਾ ਪਿਆ ਵੀ ਅਸੀਂ ਘਰ ਕਿਹੜਾ ਕਿਹੜਾ ਕੰਮ ਕਰਨੇ ਆ ਅੱਗੇ ਤੱਕ ਸਰ ਇੱਧਰ ਨਿਕਲ ਗਿਆ ਮੈਂ ਬਲੌਗ ਉਸ ਟਾਈਮ ਸਟਾਰਟ ਕਰਨਾ ਜਦੋਂ ਆਹ ਕੰਮ ਸਾਰੇ ਕਲੀਅਰ ਹੋ ਜਾਣੇ ਉਸ ਤੋਂ ਬਾਅਦ ਜਿਹੜਾ ਵਲੌਗ ਸਟਾਰਟ ਕਰ ਲੈਣਾ ਇੱਕ ਮਿੰਟ ਯਾਰ ਕੈਮਰਾ ਮੇਰੇ ਖਿਆਲ 'ਚ ਖਰਾਬ ਹੈ ਹੁਣ ਸਾਫ਼ ਹੋ ਗਿਆ ਅਤੇ ਉਦੋਂ ਵਲੌਗ ਸਟਾਰਟ ਕਰ ਲੈਣਾ ਚਲੋ ਜੀ ਹੁਣ ਫ੍ਰੀ ਹੋ ਗਏ ਹੁਣ ਵਲੌਗ ਬਣਾ ਲੈਂਦੇ ਹਾਂ ਅੱਜ ਮੈਂ ਕਿਹਾ ਵੀ ਅੱਜ ਸੁਬਾਹ ਤੋਂ ਲੈ ਕੇ ਨਾ ਹੁਣ ਤੱਕ ਦੀ ਸ਼ਾਮ ਤੱਕ ਦੀ ਰੂਟੀਨ ਸ਼ੇਅਰ ਕਰਨੀ ਅਸੀਂ ਘਰ ਦੇ ਅੰਦਰ ਕਿਹੜੇ ਕਿਹੜੇ ਕੰਮ ਕਰਨੇ ਆ ਸੁਬਾਹ ਦੱਸਿਓ ਤੁਹਾਡੇ ਸਾਹਮਣੇ ਹਾਲਾਂਕਿ ਇੱਕ ਕੰਮ ਜਿਹੜਾ ਹੈ ਨਾ ਉਹ ਛੱਡ ਗਿਆ ਸਮਾਂ ਵਿੱਚੋਂ ਜੋ ਸੁਬਾਹ ਸੁਬਾਹ ਮੈਂ ਐਵੇਂ ਮਤਲਬ ਬਗੈਰ ਵੀਡੀਓ ਬਣਾਈ ਸੀ ਨਾ ਬੋਲਣ ਤੋਂ ਉਸ ਵੀਡੀਓ ਦੇ ਅੰਦਰ ਅਸੀਂ ਮਾਲ ਜੋਗੇ ਪੱਠੇ ਲੈਣ ਵਾਸਤੇ ਜਾਂਦੇ ਸਾਂ ਕਿਸੇ ਪਕਾ ਖੜੀ ਸੀ ਨਾ ਪਕਾ ਵੀ ਤੁਹਾਨੂੰ ਦਿਖਾਈ ਸੀ ਉਹਦੇ ਅੰਦਰ ਉਹ ਘਾਹ ਲੈਣ ਵਾਸਤੇ ਗਏ ਸਾਂ ਸੁਬਾਹ ਸੁਬਾਹ ਲਾਉਂ ਉਦੋਂ ਬੜੀ ਤਰੇਲ ਧੁੰਦ ਬੜੀ ਸੀ ਬੜੀ ਸਰਦੀ ਸੀ ਉਦੋਂ ਅਤੇ ਉਹ ਲੈ ਕੇ ਆਉਣ ਤੋਂ ਬਾਅਦ ਆਪਣੇ ਦੂਸਰੇ ਕੰਮ ਜਿਹੜੇ ਨੇ ਉਹ ਸ਼ੁਰੂ ਕੀਤੇ ਨੇ ਅਤੇ ਹੁਣ ਜਾਂਦਾ ਪਿਆ ਪੱਲੀ ਮੇਰੇ ਹੱਥ ਵਿੱਚ ਉਹ ਸਾਹਮਣੇ ਤੂੜੀ ਦੀ ਧਾੜ ਹੈ ਉਹ ਸਾਹਮਣੇ ਵਾਲੀ ਉੱਥੋਂ ਪਾਣੀ ਹੈ ਤੂੜੀ ਅਤੇ ਆਹ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਅਸੀਂ ਮਾਰੀਆਂ ਸਨ ਜਿਹੜੀਆਂ ਜਿਹਨਾਂ ਨੂੰ ਬੋਲਦੇ ਨੇ ਯਾਰ ਹੈਰੋ ਮਾਰੀ ਸੀ ਇਹ ਹੈਰੋ ਵਾਲੀ ਜ਼ਮੀਨ ਜਿਹੜੀ ਹੁਣ ਸੁੱਕਦੀ ਜਾਂਦੀ ਹੈ ਕੁਛ ਗੰਦਮ ਜਿਹੜੀ ਪੁੱਟੀ ਗਈ ਉਹ ਸੁੱਕਦੀ ਜਾਂਦੀ ਕੁਛ ਜਿਹੜੀ ਉਹ ਬਚ ਗਈ ਸੀ ਬਸ ਵੇਖੋ ਹੁਣ ਕਿਸਮਤ ਹੀ ਹੈਗੀ ਹੈ ਕਿਉਂਕਿ ਜ਼ਿੰਦਗੀ 'ਚ ਮੈਂ ਪਹਿਲੀ ਦਫਾ ਇਹ ਹੈਰੋ ਮਰਵਾਈ ਸੀ ਪਤਾ ਨਹੀਂ ਹੁਣ ਕੀ ਕਰੇਗੀ ਕਿਸਾਨ ਵਾਦ ਕੀ 6 ਮਹੀਨੇ ਕਿੱਲਾ ਧੋਖਾ ਦੇਵੇਗਾ ਜਾਂ ਫਿਰ ਸਹੀ ਹੋ ਜਾਏਗਾ ਹੁਣ ਲੈਂਦੇ ਹਾਂ ਤੂੜੀ ਤੂੜੀ ਪਾ ਕੇ ਫਿਰ ਜਾ ਕੇ ਮਾਲ ਨੂੰ ਪੱਠੇ ਪਾਉਣੇ ਨੇ ਤੂੜੀ ਪਾ ਲਈ ਮੈਂ ਆ ਕੇ ਅਸਲ 'ਚ ਇਕੱਲਾ ਸਾਨੂੰ ਵੀਡੀਓ ਬਣਾਇਆ ਤੂੜੀ ਦਾ ਟੱਕ ਸਾਡਾ ਜਿੱਥੋਂ ਤੂੜੀ ਲੈ ਕੇ ਜਾਂਦੇ ਹਾਂ ਮੇਰੀ ਹਾਲਾਤ ਵੈਸੇ ਵੇਖਣ ਦੀ ਕੋਈ ਨਹੀਂ ਹੈਗੀ ਚਲੋ ਵਿਖਾ ਦੇਣਾ ਤੁਹਾਨੂੰ ਤੂੜੀ ਮੇਰੇ ਵਾਸਤੇ ਬੜੀ ਐਲਰਜੀ ਹੈ ਇਹ ਅੱਬੂ ਹੀ ਪਾ ਪੂ ਕੇ ਲੈ ਕੇ ਜਾਂਦਾ ਮੇਰੀ ਤਾਂ ਡਿਊਟੀ ਲੱਗ ਗਈ ਹੈ ਮੈਂ ਸਿਰ ਚੁੱਕ ਕੇ ਲੈ ਜਾਣੀ ਹੁੰਦੀ ਲੇਕਿਨ ਅੱਜ ਅੱਬੂ ਉੱਧਰ ਪਾਣੀ ਲਾਈ ਖੜਾਵੇ ਅਤੇ ਮੈਨੂੰ ਤਾਂ ਤੂੰ ਅੱਜ ਪਾ ਲਿਆ ਮੈਂ ਆ ਤਾਂ ਗਿਆ ਲੇਕਿਨ ਨਾ ਬੁਰੀ ਹਾਲਾਤ ਹੋ ਗਈ ਬਸ ਇਹਨੂੰ ਚੁੱਕ ਕੇ ਕਿਸੇ ਪਾਸੇ ਪਹੁੰਚਾਈਏ ਅਤੇ ਜਾਣ ਛੁਡਾਈਏ ਅੱਲਾਹੁ ਅਕਬਰ ਪਹੁੰਚ ਆਏ ਮੁਕਾਮ 'ਤੇ ਬੜੇ ਮੁਸ਼ਕਲ ਦੇ ਨਾਲ ਪੰਡ ਚੰਗਾ ਛੋਟੀ ਸੀ ਹੁਣ ਬਸ ਰੈਸਟ ਰੂਮ 'ਚ ਚਲੀਏ ਝੱਟ ਰੈਸਟ ਰੁਸਟ ਮਾਰੀਏ ਯਾਰ ਲੜਾਈ ਹੋਈ ਕਿਹੜੀ ਗੱਲ ਤੁਸੀਂ ਕਿਉਂ ਕਿਹਨੇ ਮਾਰਿਆ ਤੈਨੂੰ ਅਸਕਾ ਨੇ ਕੱਲੀ ਨੇ ਬਸ ਦੋ ਚੰਡਾ ਮਾਰੀਆਂ ਕਿੱਥੇ ਉਹ ਕਹਿੰਦੀ ਨਹੀਂ ਕਹਿੰਦੇ ਤੂੰ ਮਾਰ ਅੱਧਾ ਮਾਰ ਕੇ ਤੇ ਦੋ ਚੰਡਾ ਦੇ ਪਿਛਾ ਚਲੇ ਕੌਣ ਪਿਛਾ ਚਲੇਗੀ ਅਸਕਾ ਅਕਸਾ ਉਹਨੇ ਕਿਉਂ ਮਾਰਿਆ ਵੀ ਤੂੰ ਉਹਨੂੰ ਕੀ ਆਖਿਆ ਸੀ ਮੈਂ ਕੁਛ ਵੀ ਨਾ ਆਖਿਆ ਮੈਂ ਚੁੱਪ ਕਰਕੇ ਤੁਰੀ ਚ ਗਈ ਸਾਂ ਉਹਨੇ ਪੈਰ ਰੱਖ ਕੇ ਜ਼ਿਆਦਾ ਪੈਰ ਵੀ ਦਿਖਾ ਦਿੱਤਾ ਪੈਰ ਤਾਂ ਕੀ ਹੋਇਆ ਸੀ ਛੱਲਾ ਬਣਿਆ ਸੀ ਅੱਛਾ ਇਹ ਅਕਸਾ ਨੂੰ ਮਾਰਿਆ ਨਾ ਫਿਰ ਚਲੋ ਅਕਸਾ ਨੂੰ ਪੁੱਛ ਲੈਂਦੇ ਹਾਂ ਤੇ ਟੀਚਰ ਨੇ ਕਹਿ ਦਿੱਤਾ ਕੋਈ ਨਹੀਂ ਅੱਜ ਵੀ ਕੋਈ ਨਹੀਂ ਦਿੱਤਾ ਕਿਉਂ ਨਹੀਂ ਦਿੱਤਾ ਨਹੀਂ ਕਹਿੰਦਾ ਟੀਚਰ ਨੂੰ ਪੁੱਛਦੀ ਨਹੀਂ ਵੀ ਕਿਉਂ ਨਹੀਂ ਦਿੰਦੀ ਤੈਨੂੰ ਉਹ ਟੀਚਰਾਂ ਦੀ ਲੜਾਈ ਸਾਰਾ ਦਿਨ ਹੀ ਹੁੰਦੀ ਕਾਹਦੇ ਤੋਂ ਪਤਾ ਨਹੀਂ ਕਾਹਦੋਂ ਹੁੰਦੀ ਹੈ ਨਹੀਂ ਕੋ ਪਤਾ ਤਾਂ ਲੱਗਿਆ ਨਾ ਲੜਾਈ ਕਾਹਤੋਂ ਹੁੰਦੀ ਹੈ ਹੈ ਤਾਂ ਕਾਹਤੋਂ ਹੁੰਦੀ ਮੈਨੂੰ ਨਹੀਂ ਪਤਾ ਅੱਛਾ ਵਰਦੀ ਜਿਹੜੀ ਆ ਨਵੀਂ ਪਾ ਕੇ ਗਈ ਹੈ ਸਹੀ ਤੰਗ ਤਾਂ ਨਹੀਂ ਨਾ ਕੀਤਾ ਅੱਛਾ ਚਲੋ ਠੀਕ ਹੈ ਰੋਟੀ ਖਾ ਲਾ ਫਿਰ ਚੱਲ ਸ਼ਾਬਾਸ਼ ਪਾਪਾ ਲਾਟੂ ਹੈ ਕਰ ਜੋ ਵੀ ਖਾ ਲਾ ਰੋਟੀ ਇਹ ਮਾਰੀਆ ਸਕੂਲ ਨੂੰ ਆ ਕੇ ਤੇ ਮੈਨੂੰ ਸ਼ਿਕਾਇਤਾਂ ਲਾਉਣ ਦਈ ਇੱਕ ਰਸਤੇ ਨਾਲ ਜਾਂਦੀਆਂ ਨੇ ਇੰਨੀਆਂ ਸੁੱਪੀਆਂ ਨਾਲ ਜਾਂਦੀਆਂ ਮਤਲਬ ਮੇਰੇ ਚਾਚੂ ਦੀਆਂ ਕੁੜੀਆਂ ਨੇ ਉਹਨਾਂ ਦੇ ਨਾਲ ਸਕੂਲ ਜਾਂਦੀਆਂ ਨੇ
ਇਹ ਉਹਨਾਂ ਦੀਆਂ ਸ਼ਿਕਾਇਤਾਂ ਲਾਉਂਦੀ ਹੈ ਕਿ ਮੈਨੂੰ ਮਾਰਦੀਆਂ ਨੇ ਰਾਹ ਵਿੱਚ ਤੈਨੂੰ ਪੁੱਛ ਇਹ ਮਾਰੀ ਆ ਮੇਰੀ ਵੱਡੀ ਵੱਡੀ ਜਿਹੜੀ ਬੇਟੀ ਹੈ ਚੱਲ ਸ਼ਾਬਾਸ਼ ਰੋਟੀ ਸ਼ੁਰੂ ਕਰ ਬਟਨ ਖੋਲਾਂ ਚੱਲ ਖੁੱਲ ਗਿਆ ਚੱਲ ਸ਼ਾਬਾਸ਼ ਨੂਰ ਫਾਤਮਾ ਐਪ ਤੇ ਜੀ ਮਾਸ਼ਾਅੱਲਾ ਮੇਰੇ ਇੱਕ ਨਿੱਕੀ ਜੀ ਮਾਰੀ ਨੂਰ ਫਾਤਮਾ ਓਏ ਬਬਲੀ ਭਰਾ ਉਰਾ ਜਾ ਆ ਜਾ ਆ ਜਾ ਆ ਜਾ ਆ ਜਾ ਭੱਜ ਕੇ ਆ ਜਾ ਭੱਜਿਆ ਆ ਜਾ ਵੀ ਨਹੀਂ ਆਉਣਾ ਚੱਲ ਸਹੀ ਸਾਰਾ ਦਿਨ ਦੇ ਕੰਮ ਕਾਰ ਕਲੀਅਰ ਕਰਨ ਤੋਂ ਬਾਅਦ ਹੁਣ ਥੋੜ੍ਹੇ ਜਿਹੇ ਸਾਨੂੰ ਸਕੂਨ ਮਾਹੌਲ ਮਿਲਿਆ ਵੇ ਮਤਲਬ ਕੰਮ ਜਿਹੜੇ ਨੇ ਕਲੀਅਰ ਹੋਏ ਨੇ ਮਾਰਸ਼ਲ ਦਾ ਕੰਮ ਕਲੀਅਰ ਕਰਕੇ ਹੁਣ ਫਰੀ ਹੋ ਕੇ ਨਹਾਤਾ ਵਾਂ ਫਰੈਸ਼ ਹੋਇਆ ਵਾਂ ਅਤੇ ਹੁਣ ਨਾ ਇੱਧਰ ਫਿਰਦਾ ਤੁਰਦਾ ਮੈਂ ਚਲੋ ਅੱਜ ਨਾ ਥੋੜ੍ਹਾ ਜਿਹਾ ਇੱਧਰ ਇੱਕ ਮੇਰਾ ਬੇਲੀ ਵੱਸਦਾ ਉਹਨੇ ਆ ਕੇ ਇੱਥੇ ਤੁਹਾਨੂੰ ਪਿਛਲੀਆਂ ਵੀਡੀਓ ਵਿੱਚ ਮੈਂ ਨਾ ਤੁਹਾਨੂੰ ਵਿਜ਼ਿਟ ਕਰਾਇਆ ਹੋਣਾ ਉਹਨੇ ਲਾਇਆ ਹੋਇਆ ਵੇ ਸੋਲਰ ਟੂਬਲ ਵੀ ਲਾਇਆ ਜਿਵੇਂ ਮੈਂ ਲਾਇਆ ਨਾ ਮੇਰੇ ਤਰ੍ਹਾਂ ਉਹਨੇ ਵੀ ਲਾਇਆ ਵੇ ਇਹ ਟਿੱਬੀ ਤੋਂ ਉਹਦੀ ਕਣਕ ਵੀ ਆਉਂਦੀ ਜੀ ਤੋਂ ਸਟਾਰਟਿੰਗ 'ਤੇ ਪਹਿਲੀ ਪਹਿਲੀ ਮੈਂ ਵੀਡੀਓ ਲਾਈ ਸੀ ਕਿ ਹਮਾਰੇ ਪਾਸ ਕਪਾਸ ਕੀ ਜਿਹੜੀ ਹੈ ਨਾ ਬਿਜਾਈ ਸ਼ੁਰੂ ਹੋ ਗਈ ਇਹ ਸਭ ਤੋਂ ਪਹਿਲੇ ਨਰਮਾ ਉਹਨੇ ਬੀਜਿਆ ਸੀ ਸਾਡੇ ਇਸ ਪੂਰੇ ਇਲਾਕੇ ਦੇ ਵਿੱਚ ਕਿਉਂਕਿ ਇਹਨੇ ਸੋਲਰ ਟੂਬਲ ਲਾ ਲਿਆ ਸੀ ਫਿਰ ਇਹਨਾਂ ਕੋਲ ਜ਼ਮੀਨ ਖਾਲੀ ਪਈ ਸੀ ਇਸ ਵਾਸਤੇ ਇਹਨੇ ਫਿਰ ਨਾ ਪਕਾ ਬੀਜ ਦਿੱਤੀ ਸੀ ਉਹ ਪਕਾ ਹੁਣ ਖਤਮ ਕਰਕੇ ਇਹਨੇ ਹੁਣ ਗੰਦਮ ਲਾ ਦਿੱਤੀ ਅਤੇ ਨਾਲ ਉਹਨੇ ਨਾ ਹੁਣ ਬੱਕਰੀਆਂ ਛੱਕਰੀਆਂ ਵੀ ਬਣਾਈਆਂ ਨੇ ਉਹ ਅੱਜ ਵੇਖ ਕੇ ਆਉਂਦੇ ਹਾਂ ਮਾਹੌਲ ਤਕਰੀਬਨ ਮੈਨੂੰ ਇਸ ਸਾਈਡ 'ਤੇ ਆਏ ਨੂੰ ਆਉਂਦਾ ਮੈਂ ਅਕਸਰ ਹਾਂ ਉਹ ਰਸਤੇ ਥਾਣੇ ਇੰਜ ਨੂੰ ਗੁਜ਼ਰ ਜਾਂਦਾ ਵਾ ਉਹ ਸਦਰਕਿਆਂ ਦਾ ਡੇਰਾ ਵੇ ਲੇਕਿਨ ਇਸ ਜਗ੍ਹਾ 'ਤੇ ਨਾ ਇਸ ਪਾਸੇ ਨੂੰ ਮਤਲਬ ਪੈਦਲ ਆਉਣਾ ਜਿਹੜਾ ਨਾ ਉੱਥੇ ਮੋਟਰਸਾਈਕਲ 'ਤੇ ਗੁਜ਼ਰ ਜਾਈਦਾ ਨਾ ਪੈਦਲ ਅੱਜ ਕਾਫੀ ਦਿਨਾਂ ਤੋਂ ਬਾਅਦ ਨਾ ਇਹ ਮੇਰਾ ਦਿਲ ਕੀਤਾ ਮੈਂ ਪਤਾ ਕਰਕੇ ਆਉਂਦੇ ਹਾਂ ਕਿ ਵਿਹਲੀ ਹੈ ਵੇ ਕੋਈ ਨਹੀਂ ਕੀ ਸੂਰਤ ਹਾਲ ਬਣਾਈ ਬੈਠਾ ਵੇ ਕਣਕ ਸ਼ਣਕ 'ਤੇ ਬੀਜਦੇ ਹਾਂ ਜਾਂਦਿਆਂ ਵੇਖਦੇ ਰਹੇ ਹਾਂ ਲੇਕਿਨ ਹੁਣ ਦਾ ਮਾਹੌਲ ਜਿਹੜਾ ਨਾ ਵਿਜ਼ਿਟ ਕਰਨੇ ਚੱਲ ਕੇ ਵੀ ਕਿਸ ਤਰੀਕੇ ਦਾ ਨੇ ਮਾਹੌਲ ਬਣਾਇਆ ਵੇ ਜੁੜੇ ਰਹੀ ਵੀਡੀਓ ਦੇ ਨਾਲ ਨਾਲ ਅਤੇ ਜਿਨ੍ਹਾਂ ਦੋਸਤਾਂ ਯਾਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਨਾ ਕੀਤਾ ਪਰ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਵੀ ਕਰ ਦਿਆ ਕਰੋ ਤੁਸੀਂ ਇਹ ਵੀਡੀਓ ਵੇਖਦੇ ਹੈ ਜੇ ਲੇਕਿਨ ਸਬਸਕ੍ਰਾਈਬ ਕਰਨ ਤੋਂ ਬਗੈਰ ਹੀ ਵੇਖੀ ਰਾਹ ਦੇ ਜੇ ਸਬਸਕ੍ਰਾਈਬ ਕਰੋਗੇ ਨਾ ਤਾਂ ਨੈਕਸਟ ਵੀਡੀਓ ਜਿਹੜੀਆਂ ਨਾ ਉਹ ਵੀ ਤੁਹਾਡੇ ਤੱਕ ਉਹਨਾਂ ਦਾ ਨੋਟੀਫਿਕੇਸ਼ਨ ਜਿਹੜਾ ਨਾ ਆਉਂਦਾ ਰਹੇਗਾ ਘੰਟੀ ਦਾ ਨਿਸ਼ਾਨ ਨੂੰ ਆਲ 'ਤੇ ਪ੍ਰੈਸ ਕਰ ਲਿਆ ਕਰੋ ਹੁਣ ਚੱਲਦੇ ਪਏ ਹਾਂ ਅੱਗੇ ਉੱਥੇ ਚੱਲ ਕੇ ਮਿਲਦੇ ਹਾਂ ਸਾਹਮਣੇ ਵਾਲਾ ਡੇਰਾ ਜਿਹੜਾ ਅੱਗੇ ਨਜ਼ਰ ਆ ਰਿਹਾ ਨਾ ਆਹ ਸੋਲਰ ਟੂਬਲ ਵੀ ਲੱਗਾ ਇਹ ਡੇਰਾ ਓਏ ਹੋਏ ਅਫਸੋਸ ਯਾਰ ਬੇਲੀ ਤਾਂ ਕੋਈ ਨਹੀਂ ਹੈਗਾ ਤਾਲਾ ਲੱਗਾ ਹੋਇਆ ਬੰਦੇ ਕਮਰੇ ਨੂੰ ਮੰਜੀ ਵਗੈਰਾ ਪਈ ਤੁਹਾਨੂੰ ਸਾਰਾ ਮਾਹੌਲ ਹੁੰਦਾ ਉਹਨੂੰ ਚੈੱਕ ਕਰਵਾ ਦੇਣਾ ਲੇਕਿਨ ਬੇਲੀ ਨਹੀਂ ਹੈਗਾ ਇਹ ਟੂਬਲ ਜਿਹੜਾ ਲਵਾਇਆ ਸੀ ਨਹੀਂ ਵੱਡੀ ਵਗੈਰਾ ਇਹ ਖੂਹ ਵੀ ਨਾ ਇਹਨਾਂ ਦਾ ਇੱਕ ਵਾਰੀ ਬਾਰਿਸ਼ ਪਈ ਸੀ ਅਤੇ ਬਹਿ ਗਿਆ ਸੀ ਲੇਕਿਨ ਫਿਰ ਇਹਨਾਂ ਨੇ ਸੈੱਟ ਕਰ ਲਿਆ ਮੋਟਰ ਲੱਗੀ ਸੋਲਰ 'ਤੇ ਵੀ ਨਾ ਹੁਣ ਚੱਲਦੇ ਹਾਂ ਅੱਗੇ ਇਹਨੇ ਕੁੱਤਾ ਵੀ ਰੱਖਿਆ ਵੇ ਮੈਂ ਰੇ ਹੁਣ ਕਿਧਰੇ ਲੈ ਕੇ ਆਇਆ ਉਹ ਬੱਜਾ ਬੱਦਲ ਕਰ ਪੈ ਜਾਵੇ ਲੇਕਿਨ ਬੱਜਾ ਆਏ ਚਾਰ ਪਈ ਪਈ ਲੇਕਿਨ ਆਪ ਕੋਈ ਨਹੀਂ ਹੈਗਾ ਇਹਦਾ ਮਕਾਨ ਵਗੈਰਾ ਵੇ ਐਨ ਜਿਹੜਾ ਸੋਲਰ ਟੂਬਲ ਜਿਹੜਾ ਸੋਲਰ ਪੈਨਲ ਨੇ ਨਾ ਇਹਦੇ ਹੈਗੇ ਨੇ ਲੌਂਜੀ ਦੇ ਹੋਰ ਤਰ੍ਹਾਂ ਦੇ ਨੇ ਮੇਰੇ ਮਤਲਬ ਹੋਰ ਤਰ੍ਹਾਂ ਦਾ ਨਾ ਸਿਸਟਮ ਇਹਦਾ ਹੋਰ ਤਰ੍ਹਾਂ ਦਾ ਮੈਂ ਤੁਹਾਨੂੰ ਇੱਧਰੋਂ ਸੈੱਟ ਕਰਾਉਣਾ ਹੈ ਨਾ ਇਹ ਹੋਰ ਚੀਜ਼ ਹੈ ਡਬਲ ਕਲਾਸ ਵਾਲੀ ਨਾ ਲੌਂਜੀ ਨਾਲੇ ਇਹਦੇ ਆ ਸਟੈਂਡ ਵੀ ਹੋਰ ਤਰ੍ਹਾਂ ਦੇ ਨੇ ਇਹ ਵੀ ਇਸ ਤਰ੍ਹਾਂ ਦੀਆਂ ਨੇ ਬਸ ਚਲੀਏ ਫਿਰ ਵਾਪਸ ਇੱਥੇ ਤਾਂ ਹੁਣ ਕੋਈ ਚੀਜ਼ ਨਹੀਂ ਆ ਗਈ ਬੇਲੀ ਹੁੰਦਾ ਤਾਂ ਝੱਟ ਗੱਪ ਸ਼ੱਪ ਲਾਉਂਦੇ ਲੇਕਿਨ ਬੇਲੀ ਤਾਂ ਹੁਣ ਹੈ ਕੋਈ ਨਹੀਂ ਤਾਂ ਹੁਣ ਵਾਪਸੀ ਚੱਲਦੇ ਹਾਂ ਅਤੇ ਇੱਥੇ ਹੀ ਕਰਨੇ ਅੱਜ ਦੀ ਵੀਡੀਓ ਦਾ ਅੰਡ ਉਮੀਦ ਕਰਨੇ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਏਗੀ ਅਗਰ ਪਸੰਦ ਆਈ ਹੈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਜੇ ਲਾਈਕ ਕਰਿਆ ਜੇ ਅਤੇ ਅੱਛੇ ਅੱਛੇ ਕਮੈਂਟ ਕਰਿਆ ਇਨ ਸ਼ਾ ਅੱਲਾ ਮਿਲਾਂਗੇ ਨਵੀਂ ਵੀਡੀਓ ਨਵੀਂ ਸਟੋਰੀ ਨਾਲ ਅੱਲਾ ਹਾਫਿਜ਼ ਬਾਏ ਹੁਣ ਇੱਧਰ ਮੈਂ ਜਾਂਦਾ ਹਾਂ ਸਦਰ ਕਹਿੰਦੇ ਡੇਰੇ ਸਾਹਮਣੇ ਉੱਥੇ ਚੱਕਰ ਛੱਕਰ ਲਾ ਕੇ ਨਾ ਅਸੀਂ ਨਿਕਲਿਆ ਜਾਂ ਪੈਦਲ ਨਾ ਵਿਜ਼ਿਟ 'ਤੇ ਬਸ ਐਵੇਂ ਸ਼ੌਕ ਹੈ ਔਰ ਮੈਨੂੰ ਕੋਈ ਜ਼ਰੂਰੀ ਕੰਮ ਕੋਈ ਨਹੀਂ ਸੀ ਲੇਕਿਨ ਬਸ ਹੁਣ ਚੱਲਦੇ ਪਏ